12 ਮਹੀਨਿਆਂ ਦੇ ਵਿੱਚ ਇੱਕ ਮਹੀਨਾ ਹੁੰਦਾ ਹੈ ਜਦੋਂ ਅੰਦਰਸ਼ੇ ਤਿਆਰ ਹੁੰਦੇ ਨੇ। ਸੌਣ ਮਹੀਨੇ ਦੀ ਸੁਗਾਤ ਨੂੰ ਕਿਹਾ ਜਾਂਦਾ ਹੈ। ਚੀਜ਼ ਵਧੀਆ ਬਣੀ ਦੀ ਹੈ ਜੀ, ਲੋਕੀ ਪਸੰਦ ਵੀ ਕਰਦੇ। ਕਿੰਨੀ ਦੁਕਾਨ ਪੁਰਾਣੀ ਹੈ? 50-55 ਸਾਲ। ਸਮਨ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਸੋ ਅੱਜ ਪੁਰਾਣੇ ਭੱਡੇ ਬਾਜ਼ਾਰ ਦੇ ਵਿੱਚ ਲੈ ਕੇ ਆਏ ਹਾਂ, ਬਟਾਲਾ ਸ਼ਹਿਰ, ਗੁਰੂ ਦੀ ਨਗਰੀ ਕਿਹਾ ਜਾਂਦਾ ਕਿ ਉਹਦੇ ਲਾਗੇ ਦੁਕਾਨ ਹੈ, 1972 ਦੀ ਦੁਕਾਨ ਹੈ ਜਿੱਥੇ ਕਿ ਸੌਣ ਮਹੀਨੇ ਦੀ ਸੁਗਾਤ ਜਿਹੜੀ ਹੈ ਬਣਦੀ ਹੈ। ਕੀ ਸੁਗਾਤ ਹੈ ਆਪਾਂ ਤਸਵੀਰ ਤੁਹਾਨੂੰ ਦਿਖਾਵਾਂਗੇ। ਇੱਕ ਅੰਦਰਸੇ ਬਣਦੇ ਨੇ, ਸਿਰਫ ਤੇ ਸਿਰਫ ਬਟਾਲਾ ਸ਼ਹਿਰ ਦੇ ਵਿੱਚ ਬਣਦੇ ਨੇ ਤੇ ਪੂਰਾ ਸਾਲ ਜਿਹੜਾ ਇਹ ਚੀਜ਼ ਨਹੀਂ ਬਣਦੀ, ਸਿਰਫ ਤੇ ਸਿਰਫ ਪੂਰੇ ਸਾਲ 12 ਮਹੀਨੇ ਦੇ ਵਿੱਚ ਇੱਕ ਮਹੀਨਾ ਹੁੰਦਾ ਸੌਣ ਦਾ, ਸਾਵਣ ਦੇ ਮਹੀਨੇ ਜਿਹੜੀ ਇਹ ਚੀਜ਼ ਬਣਦੀ ਹੈ ਤੇ ਲੋਕਾਂ ਨੂੰ ਜਿਹੜੀ ਹੈ ਪਸੰਦ ਵੀ ਲੱਗਦੀ ਹੈ ਤੇ ਲੋਕ ਜਿਹੜੇ ਨੇ ਸਾਵਣ ਦੇ ਮਹੀਨੇ ਇਹਨੂੰ ਖਾਂਦੇ ਵੀ ਨੇ। ਸੋ ਆਪਾਂ ਬਟਾਲਾ ਸ਼ਹਿਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਬਟਾਲਾ ਸ਼ਹਿਰ ਹੈ, ਪਵਿੱਤਰ ਗੁਰੂ ਦੀ ਨਗਰੀ ਹੈ, ਡੇਰਾ ਸਾਹਿਬ, ਡੇਰਾ ਸਾਹਿਬ ਗੁਰਦੁਆਰੇ ਦੇ ਲਾਗੇ ਬਿਲਕੁਲ ਦੁਕਾਨ ਹੈ, 1972 ਦੀ ਦੁਕਾਨ ਹੈ। ਅੰਦਰਸੇ ਤਿਆਰ ਹੁੰਦੇ ਨੇ ਤੇ ਇੱਥੋਂ ਜਿਹੜੇ ਪੈਕ ਹੋ ਕੇ ਆਪਣੇ ਰਿਸ਼ਤੇਦਾਰ ਭੈਣ ਭਰਾਵਾਂ ਨੂੰ ਜਾਂਦੇ ਵੀ ਨੇ। ਆਪਾਂ ਗੱਲਬਾਤ ਵੀ ਕਰਾਂਗੇ ਉਹਨਾਂ ਦੇ ਨਾਲ ਵੀ ਤੇ ਤਸਵੀਰ ਇੱਕ ਤੁਹਾਨੂੰ ਦਿਖਾ ਦਾਂਗੇ। ਅੰਦਰਸੇ ਤਿਆਰ ਹੁੰਦੇ ਨੇ, 12 ਮਹੀਨਿਆਂ ਦੇ ਵਿੱਚ ਇੱਕ ਮਹੀਨਾ ਹੁੰਦਾ ਹੈ ਜਦੋਂ ਅੰਦਰਸੇ ਤਿਆਰ ਹੁੰਦੇ ਨੇ। ਕੀ ਕੁਝ ਵਿੱਚ ਪੈਂਦਾ ਹੈ ਤੇ ਕਿੱਦਾਂ ਬਣਾਉਂਦੇ ਨੇ ਤੇ ਲੋਕ ਕਿੰਨਾ ਕੁ ਪਿਆਰ ਕਰਦੇ ਨੇ। ਸੌਣ ਮਹੀਨੇ ਦੀ ਸੁਗਾਤ ਨੂੰ ਕਿਹਾ ਜਾਂਦਾ ਹੈ ਤੇ ਲੋਕ ਵੀ ਬੜਾ ਪਿਆਰ ਦਿੰਦੇ ਨੇ ਤੇ ਪਸੰਦ ਵੀ ਕਰਦੇ ਨੇ। ਆਪਾਂ ਗੱਲਬਾਤ ਵੀ ਕਰਾਂਗੇ, ਇੱਥੇ ਜਿਹੜੇ ਕਸਟਮਰ ਆਏ ਹੋਏ ਨੇ ਉਹਨਾਂ ਨੂੰ ਪੁੱਛਾਂਗੇ ਕਿੱਦਾਂ ਦਾ ਲੱਗਦਾ ਇਹਨਾਂ ਦਾ ਟੇਸਟ ਤੇ ਕੀ ਕਹਿੰਦੇ ਨੇ। ਲੋਕ ਜਿਹੜੇ ਨੇ ਪੈਕ ਵੀ ਕਰਾ ਕੇ ਜਾਂਦੇ ਨੇ ਤੇ ਨਾਲ ਦੀ ਨਾਲ ਖਾਂਦੇ ਵੀ ਨੇ। ਆਪਾਂ ਗੱਲਬਾਤ ਕਰਦੇ ਹਾਂ। ਸੋ ਨਮਸਕਾਰ ਭਾਜੀ। ਨਮਸਕਾਰ ਜੀ, ਕੀ ਨਾਮ ਜੀ? ਮੇਰਾ ਨਾਮ ਕਮਲੇਸ਼ ਕੁਮਾਰ ਜੀ। ਕਮਲੇਸ਼ ਜੀ, ਕਿੱਦਾਂ ਦੇਖਦੇ ਹੋ ਕੀ ਆ ਜਿਹੜਾ ਕਹਿੰਦੇ ਨੇ ਸੌਣ ਮਹੀਨੇ ਦੇ ਵਿੱਚ ਇਹ ਸੁਗਾਤ ਪਿਆਰ ਹੁੰਦੀ ਹੈ ਤੇ ਲੋਕ ਵੀ ਬੜਾ ਪਿਆਰ ਦਿੰਦੇ ਨੇ ਤੇ ਦੁਕਾਨ ਕਿੰਨੀ ਕੁ ਪੁਰਾਣੀ ਹੈ ਤੇ ਕਿੰਨੀ ਦੇਰ ਤੇ ਤੁਸੀਂ ਇੱਥੇ ਆ ਰਹੇ ਹੋ ਖਾਣ ਵਾਸਤੇ? ਅੰਦਰਸੇ ਦੇਖੋ ਜੀ, ਦੁਕਾਨ ਤਾਂ ਤੁਸੀਂ ਦੱਸ ਚੁੱਕੇ ਦਿਓ ਜੀ, ਦੁਕਾਨ ਤੁਸੀਂ ਦੱਸ ਚੁੱਕੇ ਦਿਓ ਜੀ, ਤੇ ਬਾਕੀ ਹੈ ਕਿ ਕੁਆਲਿਟੀ ਬਹੁਤ ਵਧੀਆ ਹੈਗੀ ਹੈ ਜੀ, ਤੇ ਲੋਕੀ ਦੂਰੋਂ ਦੂਰੋਂ ਲੈਣ ਆਉਂਦੇ ਆ, ਦੂਜੇ ਸ਼ਹਿਰਾਂ 'ਚ ਵੀ ਲੈਣ ਆਉਂਦੇ ਜੀ। ਤੁਸੀਂ ਵੀ ਫਿਰ ਆਪਣੇ ਰਿਸ਼ਤੇਦਾਰ ਭੈਣ ਭਰਾਵਾਂ ਤੋਂ ਲੈ ਕੇ ਪੈਕ ਕਰਾ ਕੇ ਕਿੱਥੇ ਕਿੱਥੇ ਕਿਹੜੇ ਕਿਹੜੇ ਸ਼ਹਿਰ ਭੇਜਦੇ ਹੋ? ਆਪਾਂ ਅੰਮ੍ਰਿਤਸਰ ਭੇਜਦੇ ਆ ਜੀ ਜੀ, ਫਿਰ ਜਲੰਧਰ ਭੇਜ ਦਿੰਦੇ ਆ, ਦਿੱਲੀ ਭੇਜ ਦਿੰਦੇ ਆ ਜੀ ਜੀ, ਇੱਥੋਂ ਜੋ ਚੀਜ਼ ਵਧੀਆ ਬਣੀ ਦੀ ਹੈ ਜੀ ਤੇ ਲੋਕੀ ਪਸੰਦ ਵੀ ਕਰਦੇ ਆ। ਸੋ ਫਿਰ ਸੌਣ ਮਹੀਨਾ ਆਉਂਦਾ ਹੈ ਤੇ ਤੁਹਾਡੇ ਰਿਸ਼ਤੇਦਾਰ ਭੈਣ ਭਰਾ ਵੀ ਫੋਨ ਕਰਕੇ ਕਹਿੰਦੇ ਹੋਣੇ ਨੇ, ਮਾਮਾ ਜੀ, ਚਾਚਾ ਜੀ, ਕਿ ਤੁਸੀਂ ਸਾਨੂੰ ਨਾ ਅੰਦਰਸੇ ਭੇਜਣੇ ਨੇ, ਬਟਾਲੇ ਦੀ ਨੰਬਰ 1 ਕੁਆਲਿਟੀ ਚੀਜ਼ ਹੈ, ਕਹਿੰਦੇ ਨੇ ਫੋਨ ਆਦਾ ਤੁਹਾਨੂੰ ਫਿਰ ਜੀ ਕਹਿੰਦੇ। ਫਿਰ ਹੁਣ ਕਿੰਨੇ ਕੁ ਵਾਰੀ ਭੇਜ ਦਿੱਤੇ ਪੈਕ ਕਰਕੇ? ਉਹਨਾਂ ਨੂੰ ਆਪਾਂ 4-5 ਵਾਰੀ ਭੇਜ ਬੈਠੇ, ਹੁਣ ਫਿਰ ਲੈਣ ਆਏ ਦੇ। ਹਾਂਜੀ। ਸੋ ਕਿੰਨਾ ਕੁ ਪਿਆਰ ਮਿਲਦਾ ਹੈ ਕਿ ਬਟਾਲਾ ਸ਼ਹਿਰ ਗੁਰੂ ਕੀ ਨਗਰੀ ਹੈ, ਡੇਰਾ ਸਾਹਿਬ ਤੇ ਬਿਲਕੁਲ ਲਾਗੇ ਦੁਕਾਨ ਹੈ, ਮੱਦੀ ਹਲਵਾਈ ਕਿਹਾ ਜਾਂਦਾ ਇਹਨੂੰ, 1972 ਦੀ ਦੁਕਾਨ ਹੈ ਤੇ ਲੋਕ ਵੀ ਪਿਆਰ ਕਰਦੇ ਜਿੱਦਾਂ ਕਿ ਤੁਸੀਂ ਆ ਰਹੇ ਹੋ। ਕਿੰਨੀ ਦੇਰ ਤੋਂ ਤੁਸੀਂ ਇੱਥੇ ਆ ਰਹੇ ਹੋ ਆਪਣਾ ਦੱਸੋ ਜੀ? ਮੈਂ ਕਾਫੀ ਸਾਲਾਂ ਤੋਂ ਆ ਰਿਹਾ ਜੀ। ਜੀ, ਫਿਰ ਵੀ ਆਈਡੀਆ? 20-25 ਸਾਲ ਤੋਂ। ਅੱਛਾ, ਬਚਪਨ ਤੋਂ ਤੁਸੀਂ ਆ ਰਹੇ ਹੋ? ਹਾਂਜੀ ਹਾਂਜੀ। ਤੇ ਕਿੰਨਾ ਕੁ ਫਿਰ ਸਹਿਯੋਗ ਮਿਲਦਾ ਹੈ, ਕਿਉਂਕਿ ਸਾਫ਼ ਸਫਾਈ ਦੀ ਗੱਲ ਕਰਦੇ, ਸਾਫ਼ ਸਫਾਈ ਵੀ ਬਹੁਤ ਵਧੀਆ ਹੈ, ਤੇ ਜੇ ਸੌਣ ਮਹੀਨੇ ਦੀ ਸੁਗਾਤ ਕਹਿ ਲਈਏ ਉਹ ਵੀ ਕਹਿੰਦੇ ਨੇ ਕਿ ਸੁਗਾਤ ਨੂੰ ਕਿਹਾ ਜਾਂਦਾ ਹੈ, ਆਪਾਂ ਗੱਲਬਾਤ ਉਹਨਾਂ ਨਾਲ ਕਰਾਂਗੇ। ਤੁਸੀਂ ਦੱਸੋ ਕਿੰਨਾ ਕੁ ਪਿਆਰ ਮਿਲਦਾ ਤੇ ਕਿੰਨੇ ਕੁ ਤੁਹਾਡੇ ਭੈਣ ਭਰਾ ਖੁਸ਼ ਹੁੰਦੇ ਨੇ? ਮੈਂ ਕਹਾਂ ਜੀ, ਬਹੁਤ ਪਿਆਰ ਮਿਲਦਾ ਜੀ। ਜੀ, ਜੇ ਪਿਆਰ ਮਿਲਦਾ ਤੇ ਵਾਰ-ਵਾਰ ਕਹਿੰਦੇ ਆ ਜੀ, ਜੇ ਵਾਰ-ਵਾਰ ਕੌਣ ਕਵੇ ਜੀ ਜੀ ਜੀ, ਇਸ ਕਰਕੇ ਟੇਸਟ ਬਹੁਤ ਵਧੀਆ ਚੀਜ਼ ਦਾ, ਕੁਆਲਿਟੀ ਵਧੀਆ। ਅੱਛਾ, ਸੋ ਗੱਲਬਾਤ ਕੀਤੀ ਆਪਾਂ, ਹੋਰ ਵੀ ਇੱਥੇ ਲੋਕ ਮੌਜੂਦ ਨੇ, ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਉਹਨਾਂ ਦਾ ਕਹਿਣਾ ਹੈ, ਕਿਉਂਕਿ ਅੰਦਰਸੇ
ਅੰਦਰਸੇ ਨੇ, ਬਹੁਤ ਵਧੀਆ ਚੀਜ਼ ਹੈ, ਗੱਲਬਾਤ ਕਰਾਂਗੇ। ਆ ਕੋਈ ਗੱਲ ਨੀ, ਇਹ ਉਹਨਾਂ ਦਾ ਬੇਟਾ ਹੈ ਜੀ, ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਕੀ ਕਹਿਣਾ? ਨਮਸਕਾਰ ਜੀ ਭਾਜੀ, ਉਧਰ ਥੋੜਾ ਤੁਹਾਨੂੰ ਘੁੰਮਦਾ। ਕੀ ਨਾਮ ਕੀ ਹੈ? ਨਮਸਕਾਰ ਭਾਈ। ਕੀ ਨਾਮ ਉੱਚੀ ਬੋਲੋ? ਚਿੰਟੂ। ਚਿੰਟੂ ਜੀ, ਫਿਰ ਕਿੰਨੀ ਕੁ ਦੁਕਾਨ ਪੁਰਾਣੀ ਹੈ ਤੁਹਾਡੀ? ਹੈਗੀ 35-40 ਸਾਲ। ਉਧਰ ਦੇਖ, ਉਧਰ ਦੇਖ, 35-40 ਸਾਲ। ਫਿਰ ਕੀ ਕੀ ਬਣਾਉਂਦੇ ਹੋ ਤੁਸੀਂ? ਅਮਰੱਤੇ, ਅੰਦਰਸੇ, ਜਲੇਬੀਆਂ। ਅੱਛਾ, ਲੱਡੂ, ਗੋਂਦ। ਅੰਦਰਸੇ ਜਿਹੜੇ, ਅੰਦਰਸੇ ਕਿੱਥੋਂ ਕਿੱਥੋਂ ਤੱਕ ਜਾਂਦੇ ਫਿਰ ਤੁਹਾਡੇ? ਜਾਂਦੇ ਵਾ ਪਠਾਨਕੋਟ ਚਲ ਜਾਂਦੇ ਆ। ਅੱਛਾ, ਦਿੱਲੀ ਚਲ ਜਾਂਦੇ ਜੀ, ਅੰਮ੍ਰਿਤਸਰ ਜੀ, ਹੋਰ ਵੀ ਗੁਰਦਾਸਪੁਰ। ਸੌਣ ਮਹੀਨੇ ਦੇ ਵਿੱਚ ਫਿਰ ਇਹੀ ਮਹੀਨਾ ਹੁੰਦਾ ਜਦੋਂ ਇਹ ਚੀਜ਼ ਤਿਆਰ ਹੁੰਦੀ ਤੁਹਾਡੀ? ਨਾ, ਇਹੋ ਮਹੀਨਾ ਸਿਰਫ ਇੱਕੋ ਹੀ ਮਹੀਨਾ ਹੁੰਦਾ। ਅੱਛਾ, ਸੌਣ ਦਾ ਮਹੀਨੇ ਚ ਜੀ ਜੀ, ਪਠਾਨਕੋਟ ਵਗੈਰਾ ਅੰਦਰਸੇ। ਜੀ ਜੀ, ਸੋ ਗੱਲਬਾਤ ਕਰਦੇ ਹਾਂ ਜੀ, ਕਸਟਮਰ ਇੱਥੇ ਪਹੁੰਚੇ ਨੇ ਲੈਣ ਵਾਸਤੇ, ਆਪਾਂ ਗੱਲਬਾਤ ਵੀ ਕਰਾਂਗੇ ਉਹਨਾਂ ਦਾ, ਕੀ ਕਹਿੰਦੇ ਨੇ, ਕਿਉਂਕਿ ਬਹੁਤ ਵਧੀਆ ਚੀਜ਼ ਜਿਹੜੀ ਬਣਾਉਂਦੇ ਨੇ ਤੇ ਕਸਟਮਰ ਵੀ ਜਿਹੜੇ ਨੇ, ਇਹ ਕਸਟਮਰ ਆਇਆ ਵੀਰ ਸਾਡਾ, ਆਪਾਂ ਗੱਲਬਾਤ ਕਰਾਂਗੇ ਉਹਨਾਂ ਨਾਲ ਵੀ, ਕਿਉਂਕਿ ਚੀਜ਼ ਕਹਿੰਦੇ ਨੇ ਵਧੀਆ ਹੋਵੇ ਤਾਂ ਪੁਰਾਣੀ ਦੁਕਾਨ ਹੋਵੇ ਤਾਂ ਫੇਰ ਹੀ ਜਿਹੜੇ ਨੇ ਕਸਟਮਰ ਵੀ ਲੱਗਦੇ ਨੇ, ਕਸਟਮਰ ਵੀ ਕਾਫੀ ਸਵੇਰ ਦੇ ਆ ਰਹੇ ਗੱਲਬਾਤ ਕਰਦੇ। ਸੋ ਨਮਸਕਾਰ ਭਾਜੀ। ਨਮਸਕਾਰ। ਕੀ ਨਾਮ ਜੀ? ਸੁਰਿੰਦਰ ਕੁਮਾਰ। ਸੁਰਿੰਦਰ ਕੁਮਾਰ ਜੀ, ਫਿਰ ਅੰਦਰਸੇ ਲੈਣ ਆਏ ਹੋ ਤੁਸੀਂ? ਹਾਂਜੀ। ਫਿਰ ਕਿੰਨੀ ਕੁ ਪੁਰਾਣੀ ਦੁਕਾਨ ਹੈ? ਬਹੁਤ ਪੁਰਾਣੀ ਦੁਕਾਨ ਹੈ। ਸੋ ਫਿਰ ਟੇਸਟ ਲੱਗਦੀ ਹੈ ਚੀਜ਼? ਹੈ, ਟੇਸਟ ਲੱਗਦੀ ਹੈ। ਅੱਛਾ, ਫਿਰ ਹੋਰ ਵੀ ਸ਼ਹਿਰਾਂ 'ਚ ਭੇਜਦੇ ਆਪਣੇ ਭੈਣ ਭਰਾਵਾਂ ਰਿਸ਼ਤੇਦਾਰਾਂ ਨੂੰ? ਨਹੀਂ, ਆਪਣੇ ਇੱਥੇ ਹੀ ਹੈ ਵੈਸੇ। ਅੱਛਾ, ਭੈਣਾਂ ਧਾਰੀਆਂ ਦੂਰ ਹੈ ਦਿੱਲੀ। ਅੱਛਾ, ਤੇ ਚੀਜ਼ ਕਿੱਦਾਂ ਦੀ ਲੱਗਦੀ ਤੁਹਾਨੂੰ? ਇਹ ਅੰਦਰਸੇ ਕਹਿੰਦੇ ਨੇ ਕਿ ਸੌਣ ਮਹੀਨੇ ਦੀ ਸੁਗਾਤ ਆ। ਹਾਂਜੀ, ਸਿਰਫ ਸਾਲ ਦੇ ਵਿੱਚ ਇੱਕ ਮਹੀਨੇ ਹੀ ਨਿਕਲਣਾ ਅੰਦਰਸੇ ਨਾਲ ਮਾਲਪੁਰੇ ਜੀ। ਸਭ ਵਧੀਆ ਵਧੀਆ ਚੀਜ਼ ਬਣਦੀ ਇਹਨਾਂ ਦੇ ਹੱਥ ਦੀ, ਬਹੁਤ ਵਧੀਆ ਚੀਜ਼ਾਂ, ਤਾਂ ਵਧੀਆ ਲੱਗਦੀ ਹੈ ਬਸ। ਸੋ ਫਿਰ ਅੱਜ ਲੈ ਕੇ ਚੱਲਿਓ, ਫਿਰ ਬਹਿ ਕੇ ਘਰੇ ਠੰਡੇ ਹੋ ਕੇ ਖਾਣੇ ਆ। ਹਾਂਜੀ ਹਾਂਜੀ, ਇਹ ਕਿਉਂਕਿ ਤਾਂ ਕਰਕੇ ਖਾਣੇ ਆ, ਪੂਰਾ ਸੌਣ ਮਹੀਨਾ ਖਾਣਾ ਕਿ, ਕਿਉਂਕਿ ਫਿਰ ਸਾਲ ਬਾਅਦ ਹੀ ਵਾਰੀ ਆਉਣੀ। ਆਪ ਤਾਂ ਭੋਗ ਲਗਾਈਦਾ ਮਾਲਕ ਨੂੰ। ਜੈ ਜੈਕਾਰ ਹੈ, ਜੈ ਜੈਕਾਰ ਹੈ। ਕਾਨਾ ਜੀ ਨੂੰ ਭੋਗ ਲਵਾਉਣਾ, ਇਹ ਲੈ ਕੇ ਚੱਲੇ। ਜੀ ਜੀ ਜੀ। ਸੋ ਲਓ ਜੀ, ਉਹਨਾਂ ਨੇ ਕਿਹਾ ਜੀ ਕਾਨਾ ਜੀ ਨੂੰ ਭੋਗ ਵੀ ਲਵਾਉਣਾ ਉਹਨਾਂ ਦਾ, ਅੰਦਰਸੇ ਲੈ ਕੇ ਜਾ ਰਹੇ ਨੇ। ਸੋ ਬੜੀ ਵਧੀਆ ਪੁਰਾਣੀ ਤੇ ਮਸ਼ਹੂਰ ਦੁਕਾਨ ਹੈ ਵੱਡੇ ਬਾਜ਼ਾਰ ਦੇ ਵਿੱਚ, ਬਟਾਲੇ ਵਿੱਚ ਵੱਡੇ ਬਾਜ਼ਾਰ ਦੇ ਵਿੱਚ ਦੁਕਾਨ ਹੈ, 1972 ਦੀ ਦੁਕਾਨ ਹੈ। ਆਪਾਂ ਗੱਲਬਾਤ ਵੀ ਕਰਾਂਗੇ, ਜਿਹੜੇ ਇੱਥੇ ਅੰਦਰਸੇ ਤਿਆਰ ਕਰਦੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ, ਕੀ ਕਹਿਣਾ ਉਹਨਾਂ ਦਾ। ਸੋ ਗੱਲਬਾਤ ਵੀ ਕਰਾਂਗੇ, ਕਿੰਨੀ ਪੁਰਾਣੀ ਦੁਕਾਨ ਹੈ ਤੇ ਕਿੰਨੀ ਕੁ ਮਿਹਨਤ ਲੱਗਦੀ ਹੈ ਤੇ ਕੀ ਵਿੱਚ ਪੈਂਦਾ ਅੰਦਰਸਿਆਂ ਦੇ, ਗੱਲਬਾਤ ਕਰਦੇ ਹਾਂ। ਸੋ ਨਮਸਕਾਰ ਭਾਜੀ। ਨਮਸਕਾਰ ਜੀ। ਕੀ ਨਾਮ ਜੀ? ਮੇਰਾ ਨਾਮ ਕਾਲਾ ਜੀ। ਕਾਲਾ ਜੀ, ਕਿੰਨੀ ਦੁਕਾਨ ਪੁਰਾਣੀ ਹੈ? 50-55 ਸਾਲ ਪੁਰਾਣੀ। ਸੋ ਫਿਰ ਸੌਣ ਮਹੀਨੇ ਦੀ ਸੁਗਾਤ ਕਿਹਾ ਜਾਂਦਾ ਇਹਨੂੰ, ਅੰਦਰਸਿਆਂ ਨੂੰ, ਪੂਰੇ ਸਾਲ ਦੇ ਵਿੱਚ ਇੱਕ ਮਹੀਨਾ ਜਿਹੜੀ ਇਹ ਚੀਜ਼ ਕੱਢੀ ਜਾਂਦੀ, ਕੀ ਕਹਿਣਾ ਚਾਹੁੰਦੇ ਹੋ? ਇਹ ਸੌਣ ਮਹੀਨਾ ਹੁੰਦਾ ਜੀ, ਇਹ 'ਚ ਸੌਣ ਮਹੀਨਾ ਇੱਕੋ ਮਹੀਨੇ ਬਣਦੀ ਹੈ ਜੀ, ਅੰਦਰਸੇ ਜੀ। ਹਾਂਜੀ, ਇਹਦੀ ਲਾਗਤ 100 ਮਹੀਨੇ ਹੁੰਦੀ ਹੈ ਬਸ। ਅੱਛਾ, ਫਿਰ ਕਿੱਥੋਂ ਕਿੱਥੋਂ ਤੱਕ ਤੁਹਾਡੇ ਜਿਹੜੇ ਅੰਦਰਸੇ ਜਾਂਦੇ? ਰਿਸ਼ਤੇਦਾਰ ਕਰਨ, ਲੋਕੀ ਕਰਦੇ, ਆਪਣੇ ਰਿਸ਼ਤੇਦਾਰਾਂ ਨੂੰ ਭੇਜਦੇ। ਕਿੱਥੇ ਕਿੱਥੇ ਜਾਂਦੇ ਆ ਪਤਾ? ਮਤਲਬ ਹੁਣ ਰਿਸ਼ਤੇਦਾਰ ਅਗਲੇ ਦੇ। ਅੱਛਾ ਜੀ, ਅੰਮ੍ਰਿਤਸਰ ਹੋ ਗਏ, ਜਲੰਧਰ, ਅੰਮ੍ਰਿਤਸਰ ਬੜੇ ਚੱਲਦੇ ਬਣ। ਅੱਛਾ, ਮਤਲਬ ਆਪਣੇ ਰਿਸ਼ਤੇਦਾਰਾਂ ਭੇਜਦੇ ਆ, ਬਈ ਜਿੱਦਾਂ ਤਿੰਨ ਤਿਉਹਾਰ ਹੁੰਦਾ ਕਿ ਨਹੀਂ ਜੀ ਜੀ, ਉਦਾਂ ਹੀ ਇਹ ਭੇਜਦੇ ਨੇ, ਦੋ ਦੋ ਤਿੰਨ ਤਿੰਨ। ਇਹ ਕਾਹਦੇ ਬਣਦੇ ਆ ਜੀ ਅੰਦਰਸੇ, ਕਾਹਦੇ ਬਣਦੇ ਆ? ਇਹ ਚੋਲਾਂ ਦੇ ਬਣਦੇ ਜੀ ਮਹਾਰਾਜ ਜੀ। ਚੋਲ ਹੋਰ ਕੁਝ ਵੀ ਪੈਂਦਾ? ਚੋਲ ਖਾਣ ਤੇ ਬਸ ਬਸ। ਬੜੀ ਬੜੀ ਦੂਰ ਜਾਂਦੇ ਜੇ, ਲੁਧਿਆਣੇ ਜਾਂਦੇ, ਚੰਡੀਗੜ੍ਹ ਜਾਂਦੇ, ਅੰਮ੍ਰਿਤਸਰ ਜਾਂਦੇ, ਜਿੱਥੇ ਜਿੱਥੇ ਕਿਸੇ ਦੇ ਰਿਸ਼ਤੇਦਾਰ ਆ ਨਾ, ਉੱਥੇ ਲੋਕ ਭੇਜਦੇ ਨੇ ਜੀ। ਹਾਂਜੀ। ਸੋ ਫਿਰ ਸਾਲ ਦੇ ਵਿੱਚ ਇੱਕ ਮਹੀਨਾ ਹੀ ਹੁੰਦਾ ਸੌਣ ਦਾ, ਜਿੱਥੇ ਨਿਕਲਦੇ ਇੱਕ ਮਹੀਨਾ ਜੀ। ਸੋ ਬਟਾਲੇ ਦੀ ਕਿੰਨੀ ਕੁ ਮਸ਼ਹੂਰ ਦੁਕਾਨ ਹੈ ਜੀ? ਇਹ ਹੈਗੀ 50-55 ਸਾਲ ਪੁਰਾਣੀ। ਪੁਰਾਣੀ ਹੈ। ਇਹ ਕਿੰਨਵੀਂ ਪੀੜ੍ਹੀ ਚੱਲਦੀ ਪਈ ਹੈ ਤੁਹਾਡੀ ਫਿਰ? ਇਸ ਪਹਿਲਾਂ ਸਾਡੇ ਡੈਡੀ ਦੀ ਜੀ, ਮੱਦੀ ਲਵਾਈ ਜੀ, ਉਸ ਤੋਂ ਬਾਅਦ 86 ਦੇ ਵਿੱਚ ਮੈਂ ਆਪੇ ਹੀ ਬੈਠਾ ਫਿਰ ਜੀ। ਹਾਂਜੀ, ਉਸ ਤੋਂ ਬਾਅਦ ਚੱਲਦੇ ਫਿਰ। ਸੋ ਕਿੰਨਾ ਕੁ ਪਿਆਰ ਮਿਲਦਾ ਫਿਰ ਲੋਕਾਂ ਦਾ, ਬਟਾਲਾ ਵਾਸੀਆਂ ਦਾ ਤੇ ਬਾਹਰ ਵਾਲਿਆਂ ਦਾ? ਪਿਆਰ ਬੜਾ, ਵੇਖੋ ਜੀ ਸਾਰੇ ਇੱਥੇ ਪਿਆਰ ਨਾਲ ਹੀ ਆਉਂਦੇ ਨੇ ਜੀ, ਲੈ ਕੇ ਜਾਂਦੇ ਨੇ, ਕੋਈ ਗੱਲ ਨੀ, ਖਲੋ ਕੇ ਜਾਂਦੇ, ਲੈ ਕੇ ਜਾਂਦੇ ਜੀ ਜੀ, ਪੈਕ ਵੀ ਕਰਾਦੇ, ਪੈਕ ਕਰਾ ਕੇ ਫਿਰ ਦੂਰ ਦੂਰ ਭੇਜਦੇ ਨੇ ਜੀ।
ਸੋ ਫਿਰ ਮਿਹਨਤ ਕਿੰਨੀ ਕੁ ਕਰਨੀ ਪੈਂਦੀ, ਮਿਹਨਤ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਦੱਸੋ, ਕਿਉਂਕਿ ਮਿਹਨਤ ਵੀ ਬੜੀ ਹੈ, ਮਿਹਨਤ ਵੀ ਕਰਨੀ ਪੈਂਦੀ ਹੈ, ਫਿਰ ਹੀ ਕਿਤੇ ਨਾ ਕਿਤੇ ਪਿਆਰ ਜਿਹੜਾ ਤੁਸੀਂ ਬਣਦੇ ਹੋ, ਕੀ ਕਹਿਣਾ ਚਾਹੁੰਦੇ ਹੋ? ਮਿਹਨਤ ਕੀਤੇ ਆ ਤੇ ਫੇਰ ਹੀ ਫਲ ਮਿਲਦਾ ਜੀ। ਜੀ ਮਿਹਨਤ ਪੂਰਾ ਸੌਦਾ ਸਾਫ ਸੁਥਰਾ ਬਣਾਈਦਾ, ਕੋਈ ਉਹੋ ਜਿਹੀ ਗੱਲ ਨਹੀਂ ਹੈਗੀ। ਜੀ ਜੀ, ਕੀ ਮੈਸੇਜ ਦੇਣਾ ਚਾਹੁੰਦੇ ਹੋ ਫਿਰ ਆਪਣੇ ਦਰਸ਼ਕਾਂ ਨੂੰ ਜਿਹੜੇ ਦੇਖਦੇ ਪਏ ਨੇ, ਬਟਾਲਾ ਨਹੀਂ ਬਟਾਲੇ ਤੋਂ ਬਾਹਰ ਵੀ ਜਿਹੜੇ ਦੇਖਦੇ ਪਏ? ਚਲੋ ਮਹਾਰਾਜ ਚਲੋ ਧੰਨਵਾਦ ਉਹਦਾ ਜਿਹੜਾ ਲੈ ਕੇ ਜਾਂਦੇ ਨੇ ਲੋਕੀ, ਅਸੀਂ ਕਰਦੇ ਹਾਂ ਜੀ ਜੀ ਜੀ, ਬੜੀ ਬੜੀ ਦੂਰੋਂ ਆਉਂਦੇ ਖਲੋ ਕੇ ਲੈ ਕੇ ਜਾਂਦੇ ਜੀ। ਆਪਣੀ ਦੁਕਾਨ ਕਿੱਥੇ ਜੀ, ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸ ਦਿਓ, ਕਿੱਥੇ ਹੈ ਦੁਕਾਨ ਆਪਣੀ? ਵੱਡੇ ਬਾਜ਼ਾਰ 'ਚ ਗੁਰਦੁਆਰਾ ਡੇਰਾ ਸਾਹਿਬ ਦੇ ਲਾਗੇ ਜੇ, ਮੇਨ ਬਾਜ਼ਾਰ 'ਚ ਬਟਾਲਾ ਵਿੱਚ, ਮੇਨ ਬਾਜ਼ਾਰ ਜੀ। ਸੋ ਗੱਲਬਾਤ ਕੀਤੀ ਹੈ ਜੀ, ਉਹਨਾਂ ਨੇ ਕਿਹਾ ਹੈ ਕਿ ਬਹੁਤ ਦੂਰੋਂ ਦੂਰੋਂ ਲੋਕ ਜਿਹੜੇ ਆਉਂਦੇ ਨੇ ਅੰਦਰਸੇ ਲੈ ਕੇ ਜਾਂਦੇ ਨੇ, ਅਤੇ ਨਾਲ ਦੀ ਨਾਲ ਪਿਆਰ ਵੀ ਜਿਹੜਾ ਹੈ ਲੋਕ ਕਰਦੇ ਨੇ, ਅਤੇ ਪਿਆਰ ਵੀ ਬੜਾ ਮਿਲਦਾ ਹੈ। ਬੜੀ ਪੁਰਾਣੀ ਦੁਕਾਨ ਹੈ ਜੀ, ਹੈ 1972 ਦੀ ਦੁਕਾਨ ਹੈ, ਅਤੇ ਐਦਾਂ ਹੀ ਸੌਣ ਮਹੀਨੇ ਦੀ ਜਿਹੜੀ ਸੁਗਾਤ ਬਣਾਉਂਦੇ ਨੇ, ਅੰਦਰਸੇ ਬਣਾਉਂਦੇ ਨੇ, ਇੱਥੋਂ ਪੈਕ ਵੀ ਹੁੰਦੇ ਨੇ ਅਤੇ ਲੋਕ ਇੱਥੋਂ ਖਾਂਦੇ ਵੀ ਨੇ ਅਤੇ ਆਪਣੇ ਭੈਣ ਭਰਾ ਰਿਸ਼ਤੇਦਾਰਾਂ ਨੂੰ ਭੇਜਦੇ ਵੀ ਨੇ। ਆਪਾਂ ਗੱਲਬਾਤ ਵੀ ਕਰਾਂਗੇ, ਹੋਰ ਵੀ ਇੱਥੇ ਜਿਹੜੇ ਕਸਟਮਰ ਆਉਂਦੇ ਨੇ ਕੀ ਕਹਿਣਾ ਉਹਨਾਂ ਦਾ। ਸੋ ਗੱਲਬਾਤ ਵੀ ਕਰਾਂਗੇ, ਜਿਹੜੇ ਇੱਥੇ ਕਸਟਮਰ ਲੈਣ ਆਉਂਦੇ ਨੇ ਅੰਦਰਸੇ, ਆਪਣੇ ਬੱਚਿਆਂ ਨੂੰ ਵੀ ਖਵਾਉਂਦੇ ਨੇ ਸੌਣ ਮਹੀਨੇ ਦੀ ਸੁਗਾਤ, ਅਤੇ ਆਪਣੇ ਭੈਣ ਭਰਾਵਾਂ ਰਿਸ਼ਤੇਦਾਰਾਂ ਨੂੰ ਵੀ ਪਹੁੰਚਾਉਂਦੇ ਨੇ। ਕਿੱਥੇ ਕਿੱਥੇ ਪਹੁੰਚਾਉਂਦੇ ਨੇ ਆਪਾਂ ਗੱਲਬਾਤ ਕਰਦੇ ਹਾਂ। ਸੋ ਨਮਸਕਾਰ ਭਾਅ ਜੀ। ਇਹਨਾਂ ਦੀ ਇਹ ਮਸ਼ਹੂਰ ਆਈਟਮ ਸੌਣ ਮਹੀਨੇ ਦੀ ਇੱਕ ਮਹੀਨਾ ਚੱਲਦੀ ਹੈ ਜੀ, ਬਹੁਤ ਦੁਨੀਆ ਇੱਥੇ ਆਉਂਦੀ ਹੈ, ਬਹੁਤ ਦੂਰ ਦੂਰ ਤੋਂ ਲੈ ਕੇ ਜਾਂਦੀ ਹੈ ਇਹਨਾਂ ਕੋਲੋਂ ਜੀ। ਇਹ ਮਸ਼ਹੂਰ ਆਈਟਮ ਇਹਨਾਂ ਦੀ ਮਾਲਪੁੜਾ ਅਤੇ ਅੰਦਰਸੇ, ਅਤੇ ਇਹ ਐਤਵਾਰ ਨੂੰ ਅੰਮ੍ਰਿਤੀ ਵੀ ਕੱਢਦੇ ਨੇ, ਰੱਖੜੀ ਦੇ ਤਿਉਹਾਰ 'ਤੇ ਵੀ ਸਪੈਸ਼ਲ 2 ਦਿਨ ਸਪੈਸ਼ਲ ਇਹਨਾਂ ਦੀ ਅੰਮ੍ਰਿਤੀ ਵਿਕਦੀ ਹੈ ਜੀ। ਦੂਰੋਂ ਦੂਰੋਂ ਲੋਕ ਲੈਣ ਆਉਂਦੇ ਨੇ, ਇਹਨਾਂ ਦਾ ਸਾਫ਼ ਸੁਥਰਾ ਸੌਦਾ, ਸਾਫ ਸੁਥਰੀ ਦੁਕਾਨ ਦੀ ਮਸ਼ਹੂਰ ਦੁਕਾਨ ਹੈ। ਤੁਸੀਂ ਫਿਰ ਕਿੱਥੇ ਕਿੱਥੇ ਆਪਣੇ ਰਿਸ਼ਤੇਦਾਰ ਭੈਣ ਭਰਾਵਾਂ ਨੂੰ ਭੇਜਦੇ ਹੋ ਅੰਦਰਸੇ ਸੌਣ ਮਹੀਨੇ ਦੀ, ਕਹਿੰਦੇ ਸੁਗਾਤ ਕਿਹਾ ਜਾਂਦਾ, ਕਿੱਥੇ ਕਿੱਥੇ ਭੇਜਦੇ ਫਿਰ ਤੁਸੀਂ? ਪਠਾਨਕੋਟ, ਅੰਮ੍ਰਿਤਸਰ, ਦਿੱਲੀ, ਚੰਡੀਗੜ੍ਹ ਤੱਕ ਇਹਨਾਂ ਦਾ ਸਮਾਨ ਭੇਜੀਦਾ ਪੈਕ ਕਰਾ ਕੇ। ਇਹ ਬਹੁਤ ਹੀ ਮਸ਼ਹੂਰ ਦੁਕਾਨ ਹੈ ਬਟਾਲੇ ਦੀ, ਬਹੁਤ ਪੁਰਾਣੀ ਦੁਕਾਨ ਹੈ, ਤੇ ਇਹਨਾਂ ਦਾ ਸਵਾਦ ਹਰ ਚੀਜ਼ ਵਧੀਆ ਸੁਥਰੀ ਚੀਜ਼ ਬਣਦੀ ਹੈ ਇੱਥੇ। ਸੋ ਗੱਲਬਾਤ ਕੀਤੀ ਹੈ ਜੀ, ਉਹਨਾਂ ਨੇ ਕਿਹਾ ਹੈ ਕਿ ਇਹ ਜਿਹੜਾ ਸਾਫ਼ ਸੁਥਰਾ ਸਮਾਨ ਬਣਦਾ ਹੈ ਅੰਦਰਸੇ ਬਣਦੇ ਨੇ, ਸੌਣ ਮਹੀਨੇ ਦੇ ਵਿੱਚ ਤਿਆਰ ਹੁੰਦੇ ਨੇ, ਪੂਰਾ ਮਹੀਨਾ ਜਿਹੜਾ ਹੈ ਅੰਦਰਸੇ ਤਿਆਰ ਹੁੰਦੇ ਨੇ, ਅਤੇ ਪੂਰਾ ਮਹੀਨਾ ਹੀ ਜਿਹੜਾ ਹੈ ਸਾਲ ਦੇ ਸੌਣ ਮਹੀਨੇ ਦੇ ਵਿੱਚ ਲੋਕ ਜਿਹੜੇ ਨੇ ਤਿਆਰ ਵੀ ਦਿੰਦੇ ਨੇ, ਅਤੇ ਆਪਣੇ ਰਿਸ਼ਤੇਦਾਰ ਭੈਣ ਭਰਾਵਾਂ ਤੱਕ ਦੂਰ ਦੂਰ ਪਹੁੰਚਾਉਂਦੇ ਵੀ, ਬਟਾਲਾ ਤੋਂ ਲੈ ਕੇ ਦਿੱਲੀ ਤੱਕ ਜਿਹੜਾ ਹੈ ਅੰਦਰਸੇ ਜਾਂਦੇ ਨੇ, ਸੌਣ ਮਹੀਨੇ ਦੀ ਸੁਗਾਤ ਹੈ। ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਕੈਮਰਾ ਪਰਸਨ ਪਵਨ ਅਗਰਵਾਲ ਦੇ ਨਾਲ ਦਾ ਸਮਨ ਨਿਊਜ਼, ਲੱਕੀ ਰਾਜ ਨਿਊਜ਼, ਬਟਾਲਾ।